ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਜਮੇਰ ਸਿੰਘ ਰੰਧਾਵਾ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਪੇਸ਼ ਹੋਇਆ। ਬਲਵਿੰਦਰ ਸਿੰਘ ਪੁਰੈਣ ਜੋ ਕਿ ਜੁਝਾਰ ਟਾਈਮ 'ਤੇ ਐਡੀਟਰ ਨੇ ਅਤੇ ਸਿੱਖ ਸਦਭਾਵਨਾ ਦਲ ਦੇ ਵਿੱਚ ਵੀ ਕਿਤੇ ਹਸਤੀ ਵੀ ਹੈਗੇ ਨੇ, ਕਿਉਂਕਿ ਕੈਂਡੀਡੇਟਸ ਦਾ ਇੰਟਰਵਿਊ ਵਗੈਰਾ ਇਹੀ ਲੈਂਦੇ ਸੀ, ਉਹ ਚੋਣਾਂ ਇਹੀ ਕਰਦੇ ਸੀ, ਚੋਣਾਂ ਵੀ ਇਹਨਾਂ ਨੇ ਹੀ ਲੜਵਾਈਆਂ, ਜੋ ਵੀ ਕੁਛ ਹੈ ਖਾਸਮ ਖਾਸ ਕੇ ਪ੍ਰਗਟਾ ਦਿੱਤੀ। ਇਹ ਹੁਣ ਪਿਛਲੀ ਦੋ ਤਰੀਕਾਂ ਤੋਂ ਸਿੱਕਮ ਜਾ ਰਹੇ ਨੇ ਔਰ 21-16 ਜੁਲਾਈ ਵੀ ਉੱਥੇ ਸੀ। ਮੈਂ ਸਿੱਖ ਸੰਗਤ ਨੂੰ ਇਹ ਦੱਸਦਾ ਕਿ ਸਿੱਖ ਸਦਭਾਵਨਾ ਦਲ ਵੱਲੋਂ ਮੈਂ ਵੀ ਦਿੱਲੀ ਵਿੱਚ ਚੋਣ ਲੜੀ ਸੀ, ਪਰ ਜ਼ਮੀਨੀ ਪੱਧਰ 'ਤੇ ਮੇਰਾ ਬੇਸ ਨਹੀਂ ਸੀ, ਮੇਰੀ ਪਛਾਣ ਇੰਨੀ ਨਹੀਂ ਸੀ, ਜਿਸ ਕਰਕੇ ਕਿ ਮੈਂ ਇਲੈਕਸ਼ਨ ਹਾਰ ਗਿਆ ਸੀ। ਦਿੱਲੀ ਦੇ ਵਿੱਚ ਹੀ ਅਸੀਂ ਮਹਾਰਾਜਾ ਰਣਜੀਤ ਸਿੰਘ ਸੀਰੀਅਲ ਦੇ ਖਿਲਾਫ ਕੇਸ ਕੀਤਾ ਸੀ, ਜਿਸ ਵਿੱਚ ਸਿੱਖ ਸਦਭਾਵਨਾ ਦਲ ਵੱਲੋਂ ਭਾਈ ਵਡਾਲਾ ਜੀ ਵੱਲੋਂ ਉਸ ਕੇਸ ਵਾਸਤੇ ਵੀ ਮੇਰੀ ਨਾ ਮਾਇਕ ਨਾ ਲੀਗਲ ਕੋਈ ਹੈਲਪ ਨਹੀਂ ਸੀ ਕੀਤੀ ਗਈ। ਇਸ ਤੋਂ ਬਾਅਦ ਇਹ ਗੁਰੂ ਡਾਂਗਮਾਰ ਕੇਸ ਵਿੱਚ ਅਸੀਂ ਪੈ ਗਏ। ਇਸ ਕੇਸ ਵਿੱਚ ਵੀ ਇਹਨਾਂ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ, ਨਾ ਲੀਗਲ ਨਾ ਕਾਨੂੰਨੀ ਤੌਰ 'ਤੇ ਅਤੇ ਨਾ ਹੀ ਮਾਇਆ ਦੇ ਪੱਖੋਂ। ਅਖੀਰ ਜਦ ਇਹਨਾਂ ਨੇ ਮੈਨੂੰ ਕਿਸੇ ਵੀ ਕਿਸਮ ਦੀ ਮਦਦ ਦੇਣ ਤੋਂ ਮਨ੍ਹਾ ਕਰਤਾ ਤਾਂ ਮੈਂ ਇਹਨਾਂ ਦੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਮੈਂ 20-21 ਨਵੰਬਰ 2017 ਨੂੰ ਅਸਤੀਫਾ ਦਿੱਤਾ। ਤੁਸੀਂ ਇਹ ਮੇਰੀ ਫੇਸਬੁੱਕ 'ਤੇ ਪੋਸਟ ਦੇਖ ਸਕਦੇ ਹੋ, ਦੇਖ ਸਕਦੇ ਹੋ। ਇਹ ਇੱਕ ਸਬੂਤ ਹੈ ਕਿ ਭਾਈ ਵਡਾਲਾ ਜੀ ਨੇ ਗੁਰੂ ਡਾਂਗਮਾਰ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਪਿਛਲੇ ਦੋ ਸਾਲ ਤੋਂ ਮਾਇਆ ਅਤੇ ਚੰਗੀ ਇਕੱਠੀ ਕਰ ਰਹੇ ਨੇ, ਪਰ ਜਿਹੜੇ ਸਿੰਘ ਜੁਝਾਰੂ ਅਸੀਂ ਜੋ ਇੱਥੇ ਕੇਸ ਲੜ ਰਹੇ ਹਾਂ ਇਹਨਾਂ ਨੇ ਸਾਡੇ ਮਦਦ ਕਰਨ ਲਈ ਅੱਗੇ ਨਹੀਂ ਆਏ। ਹਾਂ, ਸਾਨੂੰ ਭੰਨਣ ਲਈ ਜ਼ਰੂਰ ਅੱਗੇ ਆਏ ਨੇ, ਕਿਉਂਕਿ ਇਹ ਬਾਦਲਾਂ ਦੀ ਬੀ ਟੀਮ ਹੈ ਔਰ ਜਿਸ ਮੈਦਾਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿਲੀਗੁੜੀ ਕਮੇਟੀ ਇੱਕ ਸਾਥ ਸਾਡਾ ਵਿਰੋਧ ਕਰ ਰਹੀਆਂ ਹੋਣ, ਉੱਥੇ ਇਹ ਵੀ ਉਹਨਾਂ ਹੀ ਕਮੇਟੀਆਂ ਦੇ ਨਾਲ ਜਾ ਰਲੇ। ਇਸ ਤੋਂ ਸਾਫ਼ ਜ਼ਾਹਿਰ ਹੈ, ਸੰਗਤਾਂ ਸੁਚੇਤ ਹੋ ਜਾਣ, ਸੰਗਤਾਂ ਦੇਖ ਲੈਣ, ਇਸ ਤੋਂ ਵੱਡਾ ਸਬੂਤ ਹੋਰ ਨਹੀਂ ਹੋ ਸਕਦਾ ਕਿ ਭਾਈ ਵਡਾਲਾ ਜੀ ਬਾਦਲਾਂ ਲਈ ਕੰਮ ਕਰਦੇ ਨੇ। ਹੁਣ ਇੱਕ ਚੀਜ਼ ਬੜੀ ਅਹਿਮ ਦੱਸਦਾ, ਬਲਵਿੰਦਰ ਸਿੰਘ ਪੁਰਾਣ ਔਰ ਭਾਈ ਵਡਾਲਾ ਜੀ ਵੱਲੋਂ ਦੋ ਵਕੀਲ ਪਿਛਲੀ ਤਰੀਕ 'ਤੇ ਪੁੱਜੇ ਸੀ ਓਬਜਰਵਰ ਦੇ ਤੌਰ 'ਤੇ। ਉਹਨਾਂ 'ਚ ਇੱਕ ਦਿੱਲੀ ਦੇ ਪਰਮਜੀਤ ਸਿੰਘ ਸੀਗੇ ਔਰ ਦੂਜੇ ਹੈਗੇ ਨੇ ਚੰਡੀਗੜ੍ਹ ਹਾਈਕੋਰਟ ਤੋਂ ਆਉਂਦੇ ਨੇ, ਸ਼ਾਇਦ ਕਰਨਵੀਰ ਜਾਂ ਕਰਨਪਾਲ ਕਰਕੇ ਉਹਨਾਂ ਦਾ ਨਾਮ ਹੈ, ਢਿੱਲੋਂ ਉਹ ਕਾਹਲੋਂ ਜੀ, ਸੋਰੀ, ਕਰਨਪਾਲ ਸਿੰਘ ਕਾਹਲੋਂ। ਹੁਣ ਇਹਨਾਂ ਨੇ ਕਰਨ ਸਿੰਘ ਜਾਂ ਕਰਨਪਾਲ ਜੋ ਵੀ ਇਹਨਾਂ ਦਾ ਨਾਂ ਹੈ, ਉਹਨਾਂ ਨੇ ਲੂੰਬਾ ਜੀ ਨਾਲ ਗੱਲਬਾਤ ਕੀਤੀ ਅਤੇ ਲੂੰਬਾ ਜੀ ਨੂੰ ਕਹਿੰਦੇ ਕਿ ਤੁਸੀਂ ਸੀਨੀਅਰ ਹੋ ਜਨਾਬ, ਅਸੀਂ ਤੁਹਾਨੂੰ ਇੱਕ ਰਾਏ ਦਿੰਦੇ ਹਾਂ, ਜੇ ਮੰਨੋ ਤਾਂ ਕਹਿੰਦੇ ਦੱਸੋ। ਕਹਿੰਦੇ ਤੁਸੀਂ ਇਤਿਹਾਸ 'ਤੇ ਨਾ ਜਾਓ, ਇਤਿਹਾਸ ਨੂੰ ਛੱਡ ਦਿਓ। ਬਰਜਿੰਦਰ ਸਿੰਘ ਲੂੰਬਾ ਜੋ ਮੇਰੇ ਨਾਲ ਚੰਡੀਗੜ੍ਹ ਤੋਂ ਜਾਂਦੇ ਨੇ, ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਨੇ, ਉਹਨਾਂ ਨੇ ਪੁੱਛਿਆ ਦੱਸੋ ਜੀ ਅਸੀਂ ਇਤਿਹਾਸ 'ਤੇ ਕਿਉਂ ਨਾ ਜਾਈਏ। ਕਹਿੰਦੇ ਕਿ ਜਨਮ ਸਾਖੀਆਂ ਝੂਠੀਆਂ ਨੇ ਅਤੇ ਗੁਰੂ ਨਾਨਕ ਦੀ ਯਾਤਰਾਵਾਂ, ਟਰੈਵਲਸ ਆਫ ਗੁਰੂ ਨਾਨਕ, ਉਹ ਵੀ ਡਿਸਪਿਊਟਡ ਨੇ। ਲੂੰਬਾ ਜੀ ਕਹਿੰਦੇ ਮੈਂ ਚੁੱਪ ਕਰ ਗਿਆ ਕਿ ਕੀ ਇਹਦੇ ਨਾਲ ਬਹਿਸ ਕਰਨਾ। ਇਹੋ ਜਿਹੇ ਵਕੀਲ ਚੁਣ ਕੇ ਅਤੇ ਸਾਡੇ ਮੂਹਰੇ ਗੁਰਦੁਆਰਾ ਗੁਰੂ ਡਾਂਗਮਾਰ ਦਾ ਕੇਸ ਲੜਨ ਲਈ ਲੈ ਕੇ ਜਾ ਰਹੇ ਨੇ, ਤਾਂ ਸੰਗਤਾਂ ਆਪੇ ਸੋਚ ਲੈਣ ਕਿ ਇਸ ਕੇਸ ਦਾ ਕੀ ਹਾਲ ਹੋਏਗਾ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਕੋਲ ਤਾਂ ਵੈਸੇ ਹੀ ਅੱਜ ਤੱਕ ਤਾਂ ਕੋਈ ਸਿੱਖ ਵਕੀਲ ਹੀ ਨਹੀਂ ਸੀਗਾ। ਇੱਕ ਹਿੰਦੂ ਵਕੀਲ ਰਿਤੇਸ਼ ਖੱਤਰੀ ਨੂੰ ਲੈ ਕੇ ਚੱਲ ਰਹੇ ਨੇ, ਉਸ ਤੋਂ ਪਹਿਲਾਂ ਇੱਕ ਕੋਈ ਬਾਰੀਕ ਕਰਕੇ ਸੀਗਾ, ਅਤੇ ਇਹਨਾਂ ਕੋਲ ਸਿੱਖ ਅਟੈਚਮੈਂਟ ਹੋ ਕੇ ਦੱਸ ਸਕਦੀ ਸੀ। ਹੁਣ ਇਹਨਾਂ ਨੇ ਮੇਰਲ ਗਦਾਰੀ ਕਰਕੇ ਦਿੱਲੀ ਤੋਂ ਇੱਕ ਵਕੀਲ ਜਿਹਨਾਂ ਨਾਲ ਮੇਰੇ ਸੰਬੰਧ ਸੀਗੇ ਉਹਨਾਂ ਨੂੰ ਤੋੜ ਕੇ ਜਸਪ੍ਰੀਤ ਰਾਏ ਨੂੰ ਜਾਂ ਉਹਨਾਂ ਨੂੰ ਮੇਰਲ ਰਲਾ ਮੇਰੇ ਵੱਲੋਂ ਆਪਣੇ ਨਾਲ ਰਲਾ ਕੇ ਜੋ ਵੀ ਕਹਿ ਦਿਓ, ਗਦਾਰ ਦੇ ਇਲਜ਼ਾਮ ਤਾਂ ਸਾਰਿਆਂ 'ਤੇ ਹੀ ਹੈ। ਉਹਨਾਂ ਨੂੰ ਹੁਣ ਇਹਨਾਂ ਨੇ ਸਿੱਕਮ ਭੇਜਿਆ, ਅਗਲੀ ਵਾਰੀ ਦੇਖਦੇ ਹਾਂ ਉਹ ਕਿਸੇ 'ਚ ਪਾਰਟੀ ਬਣਦੇ ਨੇ ਕਿ ਨਹੀਂ ਬਣਦੇ। ਨਹੀਂ ਤਾਂ ਅੱਜ ਤੱਕ ਤਾਂ ਇਹਨਾਂ ਕੋਲ ਸਿੱਖ ਵਕੀਲ ਹੀ ਕੋਈ ਨਹੀਂ, ਔਰ ਜਿਹੜੇ ਸਿੱਖ ਵਕੀਲ ਹੈਗੇ ਨੇ ਉਹ ਕਹਿੰਦੇ ਨੇ ਜਨਮ ਸਾਖੀ ਝੂਠੀਆਂ, ਗੁਰੂਆਂ ਦੀ ਟਰੈਵਲਸ
ਡਿਸਪਿਊਟਡ ਨੇ ਅਤੇ ਕੇਸ ਲੜਨ ਦੀ ਗੱਲ ਉੱਥੇ। ਤਾਂ ਭਾਈ ਵਡਾਲਾ ਜੀ ਔਰ ਪੁਰਾਣ ਜੀ ਰੰਧਾਵੇ ਦੇ ਕੋਲ ਕੋਈ ਐਸੀ ਚੀਜ਼ ਨਹੀਂ ਜਿਸ ਦਾ ਤੁਸੀਂ ਪਰਦਾਫਾਸ਼ ਕਰ ਸਕੋ। ਮੈਂ ਤਾਂ ਪਹਿਲਾਂ ਹੀ ਖੁੱਲ੍ਹੀ ਕਿਤਾਬ ਹਾਂ, ਜਿਸਨੇ ਜੋ ਪੁੱਛਣਾ ਮੈਨੂੰ ਫੋਨ ਕਰ ਲਿਆ, ਮੈਂ ਸਭ ਦੱਸ ਦੇਵਾਂ। ਤੁਸੀਂ ਆਪਣਾ ਸੋਚੋ ਕਿ ਤੁਹਾਡੇ ਕੋਲ ਕੀ ਹੈ। ਤੁਸੀਂ ਪਹਿਲਾਂ ਜਾ ਕੇ ਬਾਦਲਾਂ ਦੇ ਪੈਰੀ ਪਾਓ ਜਾ ਕੇ, ਅਤੇ ਉਹਨਾਂ ਨਾਲ ਹੀ ਰਲ ਜਾਓ। ਤੁਸੀਂ ਜ਼ਿਆਦਾ ਚੰਗਾ ਰਲ ਤਾਂ ਗਈ ਹੋ, ਤੁਸੀਂ ਕਸਰ ਕੋਈ ਰਹਿ ਨਹੀਂ ਗਈ। ਲੋਕਾਂ ਦਾ ਕਿਉਂ ਬੇਕੂ ਬਣਾ ਰਹੇ ਹੋ? ਸਿੱਧੀ ਗੱਲ ਕਰੋ, 2 ਸਾਲ ਦੀ ਬਥੇਰੀ ਮਾਇਆ ਇਕੱਠੀ ਕਰ ਲਈ ਗੁਰੂ ਰਾਮਗੜ੍ਹ ਦੇ ਉੱਤੇ ਨਾਂ ਦੇ ਉੱਤੇ, ਹੁਣ ਸਿਰਫ ਆਵਾਜ਼ ਦੇ ਝੂਠੇ ਲੈਣੇ ਬਾਕੀ ਰਹਿ ਗਏ ਨੇ, ਉਹ ਲੈਂਦੇ ਰਹੋ ਅਤੇ ਬਿਹਤਰ ਹੋਏ। ਤੁਸੀਂ ਜੋ ਲਿਖਣਾ ਜੁਆ ਟਾਈਮਸ ਵਿੱਚ ਲਿਖਦੇ ਰਹੋ, ਸਾਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਸੋਚ ਦਿਓ ਕਿਸੇ ਸਾਨੂੰ ਡਿਸਟਰਬ ਕਰੋਗੇ, ਸਾਡਾ ਮਾਇੰਡ ਡਿਸਟਰਬ ਕਰੋਗੇ, ਸਾਨੂੰ ਡਿਸਟਰੈਕਟ ਕਰੋਗੇ, ਸਵਾਲ ਹੀ ਪੁੱਛ ਦਿਓ। ਸਾਡਾ ਫੋਕਸ ਬਿਲਕੁਲ ਫੋਕਸਡ ਹੈ, ਸਾਨੂੰ ਡਿਸਟਰੈਕਟ ਨਹੀਂ ਕਰ ਸਕਦੇ, ਇਹ ਚੇਤੇ ਰੱਖਣਾ। ਬਾਕੀ ਰਹੀ ਗੱਲ ਇੱਕ ਕਿ ਹਰਮਿੰਦਰ ਸਿੰਘ ਜਿਸ ਤਰ੍ਹਾਂ ਤੁਹਾਡੇ ਨਾਲ ਰਲਿਆ, ਸਿਰਸੇ ਨਾਲ ਰਲਿਆ, ਉਸਨੇ ਜੋ ਆਪਣੀ ਪੋਸਟ ਪਾਈ ਉਹਦੇ ਵਿੱਚ ਵੀ ਉਸਨੇ ਤੁਹਾਡੀ ਉਸ ਵੀਡੀਓ ਦਾ ਹਵਾਲਾ ਦਿੱਤਾ ਜਿਹੜੀ ਕਿ ਤੁਸੀਂ ਵੀਡੀਓ ਪਾਈ ਕਿ ਰੰਧਾਵੇ ਦਾ ਪਰਦਾਫਾਸ਼। ਇਸ ਤੋਂ ਵੱਡਾ ਸਬੂਤ ਕੀ ਹੋਏਗਾ ਕਿ ਤੁਸੀਂ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਹੋ, ਤੁਹਾਡੇ ਕਿਸੇ ਵਿੱਚ ਕੋਈ ਫਰਕ ਨਹੀਂ। ਇਹ ਦੇਖੋ ਉਸਦੇ ਹਰਮਿੰਦਰ ਦੀ ਪੋਸਟ, ਔਰ ਥੱਲੇ ਉਸਦਾ ਯੂਟਿਊਬ ਦਾ ਲਿੰਕ ਦਿੱਤਾ ਹੋਇਆ ਜੋ ਕਿ ਤੁਹਾਡੀ ਵੀਡੀਓ ਹੈ। ਇਹ ਦੇਖ ਲੈਣ ਸੰਗਤਾਂ, ਇਹ ਸੰਗਤਾਂ ਦੇਖ ਲੈਣ, ਇਹ ਦੇਖੋ। ਆਈ ਨਿਊ ਦਿਸ, ਦੈਟਸ ਵਾਈ ਆਈ ਅਰੇਂਜ ਮੀਟਿੰਗ ਬਿਟਵੀਨ DSMC ਪ੍ਰੈਜ਼ੀਡੈਂਟ ਐਂਡ ਮੈਂਟਰ ਐਂਡ ਗਾਈਡ ਆਫ ਮਿਸਟਰ ਅਜਮੇਰ ਸਿੰਘ ਰੰਧਾਵਾ। ਇਹ ਅਨੁਰਾਗ ਸਿੰਘ ਨਾ ਤਾਂ ਮੇਰੇ ਮੈਂਟਰ ਨੇ ਨਾ ਹੀ ਮੇਰੇ ਗਾਈਡ। ਇਹਨਾਂ ਨੇ ਇੱਕ ਐਡਵਾਈਸ ਦਿੱਤੀ, ਮੈਂ ਉਸਨੂੰ ਫੋਲੋ ਕੀਤਾ। ਆਈ ਐਮ ਗ੍ਰੇਟਫੁਲ ਟੂ ਹਿਮ। ਬਾਕੀ ਇਸ ਤੋਂ ਜ਼ਿਆਦਾ ਮੇਰਾ ਇਹਨਾਂ ਦਾ ਕੋਈ ਲਿੰਕ ਨਹੀਂ। ਔਰ ਇਹ ਥੱਲੇ ਇਹਨਾਂ ਨੇ ਇਹ ਦੇਖੋ, ਇਹ ਥੱਲੇ ਜੋ ਲਿੰਕ ਦਿੱਤਾ ਇਹ ਤੁਹਾਡੀ ਬਲਵਿੰਦਰ ਪੁਰਾਣ ਵੱਲੋਂ ਜੋ ਪਾਈ ਗਈ ਹੈ, ਇਹ ਉਸ ਵੀਡੀਓ ਦਾ ਲਿੰਕ ਹੈ ਹਰਮਿੰਦਰ ਸਿੰਘ ਗਹਿਲੂ ਵਾਲੀਆਂ ਨੂੰ ਵੀ। ਤੁਸੀਂ ਸਾਰੇ ਰਲ ਮਿਲ ਗਏ ਹੋ, ਸੋਚਦੇ ਹੋ ਕਿ ਇਸ ਰੰਧਾਵਾ ਨੂੰ ਡਿਸਟਰਬ ਕਰ ਦੋਗੇ, ਤਾਂ ਤੁਸੀਂ ਨਹੀਂ ਕਰ ਸਕਦੇ। ਇੱਕ ਜਣਾ ਹੋਰ ਵੀ ਲੈ ਲਓ ਤਾਂ ਵੀ ਮੈਨੂੰ ਮੇਰੇ ਫੋਕਸ ਹੋ, ਤੁਸੀਂ ਇੱਕ ਡਿਸਟਰਬ ਨਹੀਂ ਕਰ ਸਕਦੇ। ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।